ਸੋਮਵਾਰ ਸਵੇਰੇ ਕਰੀਬ 9:30 ਕੁਝ ਹਥਿਆਰਬੰਦਾਂ ਨੇ ਨਾਭਾ ਜੇਲ੍ਹ ਤੇ ਹਮਲਾ ਕਰ ਦਿੱਤਾ। ਹਮਲਾਵਰ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਚੀਫ ਹਰਮਿੰਦਰ ਸਿੰਘ ਨੂੰ ਛੁਡਵਾ ਕੇ ਲੈ ਗਏ। ਉਨ੍ਹਾਂ ਦੇ ਨਾਲ ਸ਼ਾਰਪ ਸ਼ੂਟਰ ਸੁਖਾ ਕਾਲਵਾਂ ਦਾ ਕਾਤਲ ਗੈਂਗਸਟਰ ਵਿੱਕੀ ਗੌਂਡਰ ਤੇ ਤਿੰਨ ਸਾਥੀ ਗੁਰਪ੍ਰੀਤ, ਨਿਤਿਨ ਤੇ ਵਿਕਰਮਜੀਤ ਵੀ ਸਨ। ਪੁਲਿਸ ਦੀ ਵਰਦੀ ਚ ਲੋਕ ਫਾਇਰਿੰਗ ਕਰਦੇ ਹੋਏ ਗੱਡੀਆਂ ਚ ਬੈਠ ਕੇ ਫਰਾਰ ਹੋ ਗਏ। ਲੋਕਾਂ ਮੁਤਾਬਿਕ ਪੁਲਿਸ ਇਨ੍ਹਾਂ ਗੈਂਗਸਟਰਾਂ ਨੂੰ ਕਾਬੂ ਕਰ ਸਕਦੀ ਸੀ, ਪਰ ਪੁਲਿਸ ਨੇ ਉਨ੍ਹਾਂ ਦਾ ਮੁਕਾਬਲਾ ਹੀ ਨਹੀਂ ਕੀਤਾ। ਕਰਿਆ ਹੀ ਨਹੀਂ ਜੀ ਉਹਨਾਂ ਦਾ, ਮਤਲਬ ਸੁਣਨ ਚ ਤਾਂ ਆਉਂਦਾ ਜੀ ਵੀ ਇੱਕ ਬੰਦਾ, ਦੋ ਬੰਦੇ ਪਤਾ ਨੀ ਲੈ ਕੇ ਗਏ ਨੇ। ਉਹਨਾਂ ਦੀਆਂ ਗੱਡੀਆਂ ਮਤਲਬ ਪਹਿਲਾਂ ਫਾਟਕਾਂ ਤੇ ਗਈਆਂ, ਉੱਥੋਂ ਵਾਪਸ ਆਈਆਂ ਨੇ ਜੀ ਮੁੜ ਕੇ। ਇਹਨਾਂ ਦਾ ਕੋਈ ਵੀ ਮੁਲਾਜ਼ਮ ਬਾਹਰ ਹੀ ਨੀ ਆਇਆ, ਜਾਣੀ ਉਹਨਾਂ ਨੂੰ ਰੋਕ ਸਕਦੇ ਸੀ ਇਹ, ਜੇ ਬਾਹਰ ਆਉਂਦੇ। ਬਾਹਰੋਂ ਇੱਧਰ ਨੂੰ ਗਏ ਨੇ ਜੀ ਨਾਭੇ ਨੂੰ, ਹਾਂ ਜੀ ਨਾਭੇ ਨੂੰ ਗਏ ਨੇ। ਗੋਲੀਆਂ ਚਲਾਉਂਦੇ ਹੀ ਗਏ ਨੇ ਜੀ, ਗੋਲੀਆਂ ਚਲਾਉਂਦੇ ਹੀ ਉਹ ਪਹਿਲਾਂ ਇੱਧਰ ਨੂੰ ਲੰਘੇ ਨੇ, ਗੋਲੀਆਂ ਚਲਾਉਂਦੇ ਫਿਰ ਇੱਧਰ ਨੂੰ ਲੰਘੇ ਨੇ। ਕਤਲ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਵਿੱਕੀ ਗੌਂਡਰ ਇਸ ਵੇਲੇ ਨਾਭਾ ਜੇਲ੍ਹ ਚ ਬੰਦ ਸੀ। ਉਸ ਨੂੰ ਇੰਜ ਫਿਲਮੀ ਅੰਦਾਜ਼ ਚ ਛੁਡਵਾ ਕੇ ਲੈ ਜਾਣ ਦੀ ਘਟਨਾ ਨੇ ਪੁਲਿਸ ਦੀ ਕਾਰਵਾਈ ਤੇ ਜੇਲ੍ਹਾਂ ਦੀ ਸੁਰੱਖਿਆ ਨੂੰ ਸ਼ੱਕ ਦੇ ਘੇਰੇ ਚ ਲਿਆਂਦਾ। ਡੰਗਰਾਂ ਵਾਸਤੇ ਗਿੱਲਾ ਦਾਣਾ ਉਰੋਂ ਉੱਥੇ ਅਸੀਂ ਖੜੇ ਆ, ਆਇਆ ਜਿਵੇਂ ਕਿਤੇ ਦੀਵਾਲੀ ਤੇ ਫੈਰ ਹੁੰਦਾ, ਆਇਆ ਫੈਰ ਹੋ ਰਿਹਾ। ਕਿੰਨੇ ਬੰਦੇ ਸੀ? ਗੱਡੇ ਬੰਦੇ ਹੋਣਗੇ ਜੀ, ਉਹ ਮੇਰਾ ਖਿਆਲ 20 20 ਤੋਂ ਵੀ ਵੱਧ ਹੋਣਗੇ ਨੇ। ਇੱਕ ਵਿੱਚ ਐਸਆਈਬੀ ਹੈ। ਅੱਛਾ, ਦੋਨੇ ਤਾਕੀਆਂ ਚੋਂ ਬਾਹਰ ਕੱਢ ਕੱਢ ਕੇ ਫਾਇਰ ਕਰ ਰਹੇ ਨੇ। ਸੁੱਟ ਕੇ ਭੱਜ ਚੱਲਿਆ ਸੀ ਮੇਰੇ ਕੋਲ, ਉਹਨੇ ਫਾਇਰ ਕੱਢਿਆ ਹੈ। ਗੱਡੀਆਂ ਨੀ ਜੀ ਅਸੀਂ ਦੇਖੀਆਂ, ਅਸੀਂ ਤਾਂ ਉਵੇਂ ਡਰ ਕੇ ਵੀ ਭੈਣ ਚ ਕਿਤੇ ਫਾਇਰ, ਗੱਡੀਆਂ ਤਾਂ ਨੀ ਦੇਖੀਆਂ। ਗੱਡੀਆਂ ਕਿਹੜੀਆਂ ਨੇ? ਗੱਡੀਆਂ ਛੁੱਟ ਗਈਆਂ ਨੇ। ਕਿੰਨੇ ਚਾਰੀ ਫੁੱਲ ਗੱਡੀਆਂ ਭਰੀਆਂ ਹੋਈਆਂ ਨੇ ਉਹ। ਪਹਿਲਾਂ ਅੱਗੇ ਫਾਟਕ ਬੰਦ ਆ, ਫਿਰ ਉੱਥੋਂ ਬਹੁਤ ਬੁਰੀ ਅੰਦਰੋਂ ਨਿਕਲੇ ਨੇ, ਜਿਵੇਂ ਕਿਤੇ ਜੇਲ੍ਹ ਦੇ ਅੰਦਰੋਂ ਭੱਜ ਕੇ ਨਿਕਲੇ ਨੇ ਸਾਰੇ 20-25 ਬੰਦੇ। ਫੋਰਚੂਨਰ ਤੇ ਵਰਨਾ ਦੇ ਵਿੱਚ ਦੋ ਗੱਡੀਆਂ ਆਈਆਂ ਜਿਹਨਾਂ ਨੇ ਪੁਲਿਸ ਦੀ ਯੂਨੀਫਾਰਮ ਪਾਈ ਸੀਗੀ, ਤੇ ਉਹਨਾਂ ਨੇ ਇੱਥੇ ਆ ਕੇ ਕੋਈ ਵਾਰਦਾਤ ਕੀਤੀ ਹੈ, ਉਹਦੇ ਬਾਰੇ ਵੈਰੀਫਾਈ ਕਰ ਰਹੇ ਹਾਂ ਸਰ, ਦੇਖ ਰਹੇ ਹਾਂ ਕਿੰਨੀਆਂ ਗੋਲੀਆਂ ਸਰ ਰਾਊਂਡ ਹੋਈਆਂ ਜਿਹੜੀਆਂ, ਚੈੱਕ ਕਰ ਰਹੇ ਸਰ, ਇਨਵੈਸਟੀਗੇਸ਼ਨ ਚੱਲ ਰਹੀ ਹੈ, ਦੇਖ ਰਹੇ ਹਾਂ ਸਰ, ਮੌਕਾ ਦੇਖ ਰਹੇ ਹਾਂ, ਮੌਕਾ ਮਿਲਦਾ ਕਰ ਰਹੇ ਹਾਂ। ਐਂਡ ਹੂਐਵਰ ਜੋ ਵੀ ਰਿਸਪੋਂਸੀਬਲ ਹੋਊਗਾ ਉਹਨੂੰ ਸਟ੍ਰਿਕਟ ਐਕਸ਼ਨ ਲਿੱਤਾ ਜਾਊਗਾ। ਜੇ ਜੇਲ੍ਹ ਸੁਪਰਡੈਂਟ ਡਿਪਟੀ ਸਿਮਲਾ ਉਹਨੂੰ ਨੌਕਰੀ ਤੋਂ ਕਰ ਦਿੱਤਾ ਇਨ ਡਿਸਮਿਸਡ। ਜਿਹੜਾ ਡੀਜੀ ਹੈ, ਜਿਹੜਾ ਡਾਇਰੈਕਟਰ ਜੇਲ੍ਹ ਦਾ ਹੈਡ ਹੈ ਡੀਜੀ, ਹੀ ਹੈਜ਼ ਬੀਨ ਸਸਪੈਂਡਡ। ਜੇਲ੍ਹ ਸੁਪਰਡੈਂਟ ਡਿਸਮਿਸ, ਡੀਜੀ ਜੇਲ੍ਹ, ਡੀਜੀ ਜੇਲ੍ਹ ਸਸਪੈਂਡ, ਜੇਲ੍ਹ ਸੁਪਰਡੈਂਟ ਡਿਪਟੀ। ਓਕੇ ਓਕੇ।
ਸਾਰੇ